ਸਾਨੂੰ ਪਤਾ ਲੱਗਾ ਇਹ ਸੁਲਤਾਨ ਜਿਹੜਾ ਹਰਿਆਣੇ ਵਾਲਾ ਸੀ ਉਹਦਾ ਕਰੋੜਾਂ ਰੁਪਇਆ ਮੁੱਲ ਲੱਗਾ ਸੀ ਤੇ ਇਹਦਾ ਕਿੰਨਾ ਕੁ ਕਰੇਬ ਆਜਾ ਆਪਾਂ ਕਹਿ ਸਕਦੇ ਮੁੱਲ ਬਣ ਸਕਦਾ ਇਹਦਾ ਇਹ ਜੇ ਜਦੀ ਖਰਾਕ ਹੈ ਜੀ ਆ 10 ਕਿਲੋ ਰੋਇਦਾ ਵੰਡ ਤੇ ਵੀਰਮ ਐਚ ਤੇ ਲੀ ਰਿਫਿਟਿਓ ਦੇਂਦਿਆਂ ਜੀ ਤੇ ਜਿਹੜੇ ਡਾਕਟਰ ਆ ਸਰਕਾਰੀ ਆਪਣੇ ਦਿਨਾਂਵਰੇ ਟੈਕ 6 ਮਹੀਨੇ ਦਾ ਹੁੰਦਾ ਵਾ ਉਹ ਟੈਸਟ ਕਰਕੇ ਜਾਂਦੇ ਆ ਬਤਰਾ ਕਿੰਨੇ ਵਾਰ ਰਿਪੋਰਟ ਹੁੰਦੀ ਆ ਸਭ ਚੈੱਕ ਕਰਨ ਉੱਥੋਂ ਹੀ ਆਉਂਦੇ ਆ ਇਹਨੂੰ ਜੀ ਖੜਿਆ ਸੀ ਆਪਾਂ ਪਹਿਲਾਂ ਜਗਰਾਉਂ ਖੜਿਆ ਸੀ ਫਿਰ ਤਨੋਲੇ ਖੜਿਆ ਸੀ ਤੇ ਹੁਣ ਕੁਛ ਇਤਰਾ ਗਏ ਹਾਂ ਹਰਿਆਣੇ ਦੇ ਵਿੱਚ ਉੱਥੇ ਦੂਜੇ ਨੰਬਰ ਤੇ ਬਾਜੀ ਮਾਲੀ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਚਾ ਪੱਕਾ ਵਿੱਚ ਪਹੁੰਚੇ ਆ ਤੁਹਾਨੂੰ ਇੱਕ ਐਸੇ ਮਾਲੀ ਜਾਂ ਝੋਟਾ ਕਹਿ ਸਕਦੇ ਮਿਲਾਉਣੇ ਆ ਨਾਲੇ ਦਰਸ਼ਨ ਕਰਾਉਣੇ ਆ ਜਿਹਦੇ ਪਿਤਾ ਦਾ ਮੁੱਲ ਕਰੋੜਾਂ ਰੁਪਏ ਲੱਗਾ ਸੀ ਸੁਲਤਾਨ ਕਿੰਗ ਹਰਿਆਣੇ ਦਾ ਮਸ਼ਹੂਰ ਝੋਟਾ ਜਿਹੜਾ ਕਰੋੜਾਂ ਦੇ ਨਾਮ ਹੀ ਜਿੱਤ ਚੁੱਕਾ ਹੈ ਉਹਦਾ ਬੇਟਾ ਹੈ ਸਰਦਾਰ ਨਰਵੈਲ ਸਿੰਘ ਜਿਨ੍ਹਾਂ ਨੇ ਪਾਲ ਕੇ ਏਡਾ ਵੱਡਾ ਕੀਤਾ ਉਹਨਾਂ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤੁਸੀਂ ਉਸ ਮਾਲੀ ਵੱਲ ਵੇਖ ਸਕਦੇ ਜੇ ਤੁਹਾਨੂੰ ਦੂਰੋਂ ਛੋਟੇ ਹਾਥੀ ਵਰਗਾ ਲੱਗਦਾ ਹੈ ਹਾਥੀ ਵਰਗਾ ਕਿਉਂ ਹੋਣੀ ਕੋਈ ਜਿਹੜੀ ਇਹਦੀ ਉਮਰਿਆ ਥੋੜੀ ਆ ਜੇ ਤੇ ਕਿੱਡਾ ਵੱਡਾ ਉਹਦਾ ਸਰੀਰ ਪਾਲਿਆ ਹੈ ਅਸੀਂ ਉਹ ਸਰਦਾਰ ਨਰਵੈਲ ਸਿੰਘ ਨਾਲ ਗੱਲਬਾਤ ਕਰਦੇ ਆ ਕਿ ਕਿੰਨੀ ਇਹਨੂੰ ਖਰਾਕ ਪਾਉਂਦੇ ਆ ਤੇ ਕੀ ਇਹਨੂੰ ਖਵਾਉਂਦੇ ਆ ਜਿਹੜਾ ਐਡਾ ਵੱਡਾ ਇਹ ਹੋ ਗਿਆ ਹੈ ਇਹ ਪਹਿਲਾਂ ਪੰਜਾਬ న్యూਸ ਤੇ ਤੁਹਾਨੂੰ ਜੀ ਆਨੂੰ ਆਖਦੇ ਆ ਜੀ ਹਾਂ ਜੀ ਬਕਰ ਚਕਾ ਖਾਲਸਾ ਹੈ ਜੀ ਫਿਰ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਪਿੰਡ ਦੱਸਿਓ ਕਿਹੜਾ ਹੈ ਮੇਰਾ ਨਾਂ ਅਨਰਵੈਲ ਸਿੰਘ ਜੀ ਪਿੰਡ ਕੱਚਾ ਪੱਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਇਹ ਜਿਹੜਾ ਹਾਥੀ ਪਾਲਿਆ ਹੈ ਇਹਦਾ ਕੀ ਨਾਂ ਆ ਤੇ ਕਿੱਥੋਂ ਇਹ ਆਇਆ ਹੈ ਇਹ ਜੀ ਆਪਣਾ ਹਰਿਆਣੇ ਦੇ ਵਿੱਚ ਆ ਮਾਲੀ ਸੁਲਤਾਨ ਉਹਦਾ ਬੱਚਾ ਹੈ ਮੁੱਢਾ ਖੇੜਾ ਲਲਜਾਨੇ ਦਾ ਹਰਿਆਣੇ ਦਾ ਤੇ ਉਹਦਾ ਇਹ ਬੱਚਾ ਇਹਦਾ ਨਾਂ ਰੱਖਿਆ ਸੁਲਤਾਨ ਦੀ ਕਿੰਗ ਹਾਂਜੀ ਉਸਨੂੰ ਪਤਾ ਲੱਗਾ ਇਹ ਸੁਲਤਾਨ ਜਿਹੜਾ ਹਰਿਆਣੇ ਵਾਲਾ ਸੀ ਉਹਦਾ ਕਰੋੜਾਂ ਰੁਪਇਆ ਮੁੱਲ ਲੱਗਾ ਸੀ ਹਾਂਜੀ ਹਾਂਜੀ ਤੇ ਇਹ ਕਿੰਨੇ ਉਮਰ ਦਾ ਆ ਗਿਆ ਕੀ ਇਹਦੀ ਲੰਬਾਈ ਆ ਕੀ ਚੜਾਈ ਆ ਸਾਰਾ ਦੱਸਣ ਦੱਸਿਓ ਇਹਦੀ ਜੀ ਉਚਾਈ ਆ 6 ਫੁੱਟ ਲੰਬਾਈ ਆ 10 ਫੁੱਟ ਤੇ ਇਹਦਾ ਕੱਦ ਵੱਜੋਂ ਬਹੁਤ ਵਧੀਆ ਜੀ ਤੇ ਕਿੰਨੀ ਇਹਦੀ ਉਮਰ ਹੋ ਗਈ ਆ ਇਹਦੀ ਉਮਰ 4 ਸਾਲ ਹੋ ਗਈ ਸਵਾ 4 ਸਾਲ ਜੀ ਜਿਹੜਾ ਉਹ ਕਰੋੜਾਂ ਰੁਪਇਆ ਮੁੱਲ ਲੱਗਾ ਸੀ ਉਹ ਸੁਲਤਾਨ ਦਾ ਤੇ ਇਹਦਾ ਕਿੰਨਾ ਕੁ ਕਰੀਬ ਆਜਾ ਆਪਾਂ ਕਹਿ ਸਕਦੇ ਮੁੱਲ ਬਣ ਸਕਦਾ ਇਹਦਾ ਇਹ ਜੀ ਇਹਦਾ ਅਗਲੀ ਦੀਵਾਲੀ ਤੇ ਲੱਗਾ ਸੀ 20 ਲੱਖ ਰੁਪਇਆ ਅੰਬਰਸਰ ਹਾਂਜੀ ਤੇ ਮੁੜ ਕੇ ਅਸੀਂ ਵੇਚਣ ਦੀ ਸਲਾਹ ਨਹੀਂ ਫਿਰ ਅਸੀਂ ਕੋਈ ਮੁੱਲ ਨਹੀਂ ਪਵਾਇਆ ਜੀ ਦਾ ਹਾਂਜੀ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਕੀ ਇਹਦੀ ਖਰਾਕ ਗਿਆ ਤੇ ਕੀ ਇਹਨੂੰ ਖਵਾਉਂਦੇ ਜੇ ਕੋਈ ਡਾਕਟਰ ਚੈੱਕਅਪ ਲਈ ਆਉਂਦਾ ਹੈ ਜਾਂ ਕੀ ਇਹਨੂੰ ਕਰਦੇ ਜੇ ਇਹਦੇ ਜੀ ਇਹਦੀ ਖਰਾਕ ਹੈ ਕੀ ਆ 10 ਕਿਲੋ ਰੋਜ ਦਾ ਵੰਡ ਤੇ ਵਿਟਾਮਿਨ ਐਚ ਤੇ ਲਈ ਰੁਪਈਆ ਦੋ ਦਿੰਦੇ ਆ ਜੀ ਤੇ ਜਿਹੜੇ ਡਾਕਟਰ ਆ ਸਰਕਾਰੀ ਆਪਣੇ ਦਿਹਾਣੇ ਵੇਲੇ ਟੈਸਟ 6 ਮਹੀਨੇ ਦਾ ਹੁੰਦਾ ਵਾ ਉਹ ਟੈਸਟ ਕਰਕੇ ਜਾਂਦੇ ਆ ਬਤਰਾ ਕਿਹਨੇ ਬਰ ਰਿਪੋਰਟ ਹੁੰਦੀ ਆ ਸਭ ਚੈੱਕ ਕਰਨ ਉੱਥੋਂ ਹੀ ਆਉਂਦੇ ਆ ਉਹ ਹੀ ਟੈਸਟ ਕਰਦੇ ਨੇ 6 ਮਹੀਨੇ ਹਾਂਜੀ ਇੱਕ ਆਪ ショਕ ਕਹਿ ਸਕਦੇ ਆ ਕਿਉਂਕਿ ਚੰਗੀ ਤੋਂ ਚੰਗੀ ਮੱਝ ਜਿਹੜੀ ਦੁੱਧ ਵਾਲੀ ਆ ਲੱਖ ਰੁਪਏ ਦੀ ਆਉਂਦੀ ਆ ਹਾਂ ਤੇ ਇਹ 20 30 ਮੱਝਾਂ ਦਾ ਮੁੱਲ ਜਿਹੜਾ ਕੱਲਾ ਹੀ ਆਏ ਹਾਂਜੀ 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 ਇਹ ਜੀ ਆਪਾਂ ਤੁਹਾਨੂੰ ਪਈ ਵਜਨ ਬਹੁਤ ਆ ਸੇ ਚੰਗੀ ਆ ਤੇਰਾ ਸਾਫ ਸਵਾਲ ਚੰਗੀ ਕਰੀਦੀ ਆ ਜੀ ਤੁਹਾਨੂੰ ਦੱਸਾਂ ਤੇ ਇੱਕ ਇਹਦਾ ਬਾਪ ਬਹੁਤ ਚੰਗਾ ਹੈ ਤੁਹਾਨੂੰ ਪਤਾ ਉਥੇ ਆਪਣੇ ਹਰਿਆਣੇ ਚ ਉਹਦੀ ਤੇ ਜਿੱਤ ਹੋ ਗਈ ਮੈਨੂੰ ਪਤਾ ਹੀ ਉਹਦੇ 2 ਸਾਲ ਹੋ ਗਏ ਆ ਤੇਦਾ ਬਾਪ ਤੇ ਗੁਜ਼ਰ ਗਿਆ ਹਾਂਜੀ ਫਿਰ ਸਾਡੇ ਦਰਸ਼ਕਾਂ ਨੂੰ ਦੱਸਿਓ ਵੀ ਕਿੱਥੇ ਕਿੱਥੇ ਇਹਨੂੰ ਅੱਜ ਦਾ ਖੜਿਆ ਜਾਂ ਮੇਲਿਆਂ ਮੁੱਲਿਆਂ ਚ ਜਾਂ ਕਿੱਥੇ ਇਹਨੂੰ ਜੀ ਖੜਿਆ ਸੀ ਆਪਾਂ ਪਹਿਲਾਂ ਜਗਰਾਉਂ ਖੜਿਆ ਸੀ ਫਿਰ ਤਨੋਲੇ ਖੜਿਆ ਸੀ ਤਨੋਲੇ ਨੂੰ ਇਹਨੂੰ ਛੋਟੀ ਸੱਟ ਲੱਗੀ ਸੀ ਫਿਰ ਮੇਲੇ ਦੇ ਵਿੱਚ ਨਾ ਤੇ ਆਹੀ ਪਾਇਆ ਤੇ ਹੁਣ ਕੁਝ ਇਤਰਾ ਗਏ ਆ हरियाणा ਦੇ ਵਿੱਚ ਉੱਥੇ ਦੂਜੇ ਨੰਬਰ ਤੇ ਬਾਜੀ ਮਾਰੀ ਨੇ ਜੀ ਹਾਂਜੀ ਫਿਰ ਜਦੋਂ ਮੇਲਿਆਂ 'ਚ ਲੈ ਕੇ ਜਾਂਦੇ ਜੇ ਜਾਂ ਘਰ ਵੀ ਲੋਕ ਦੂਰੋਂ ਦੂਰੋਂ ਸਲਫੀਆਂ ਖਿੱਚਣ ਫੋਟੋ ਖਿੱਚਣਾਉਂਦੇ ਆ ਜਾਂ ਨਹੀਂ ਆਉਂਦੇ ਜੀ ਬਹੁਤ ਜੀ ਫੋਟੋਆਂ ਦੇ ਬਹੁਤ ਲੈਂਦੇ ਜੀ ਇੱਥੇ ਤੁਸੀਂ ਇੱਥੇ ਮੇਲਾ ਲਗਾਰੀਦਾ ਬਾਬੇ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਹਾਂਜੀ ਫਿਰ ਇੱਕ ਦਿਨ ਦੀ ਖਰਾਕ ਜਿਹੜੀ ਇਹਨੂੰ ਕਿੰਨੇ ਕ ਖਵਾਣੇ ਪੈਂਦੇ ਆ ਜਾਂ ਆਹ ਦਵਾਈਆਂ ਦਵਾਈਆਂ ਤੇ ਕਿੰਨਾ ਕ ਖਰਚਾ ਆਉਂਦਾ ਏ ਇਹ ਖਰਚਾ ਜੀ ਹੁਣ ਖਰਚਾ ਕਹਿਣ ਲੱਗੇ ਤਾਂ ਫਿਰ ਆਪਾਂ ਆਸਾਨ ਨਹੀਂ ਪਾਲ ਸਕਦੇ ਤਾਨੂੰ ਪਤਾ ਹੈ ਹੁਣ ਆਪਾਂ ਇਹ ਤੇ ਖਰਚਾ ਆਪਾਂ ਵੇਖੀਏ ਫਿਰ ਇਰਸਾਨ ਪਾਲਦੇ ਹੋਣਾ ਨਹੀਂ ਆ ਫਿਰ ਬੱਚਾ ਚਲੋ ਆਪਣਾ ਬਾਹਰ ਸੱਚੇ ਪਾਤਸ਼ਾਹ ਕੋ ਦਿੱਤਾ ਹੈ ਬਾਬੇ ਦੀ ਕਿਰਪਾ ਹੈ ਨੋਬਤ ਵਿੱਚ ਯੂ ਐਸ ਅਮਰੀਕਾ ਇਹਦੇ ਕਿਰਪਾ ਮਹਾਰਾਜ ਦੀ ਕਿਉਂਕਿ ਕਹਿੰਦੇ ਆ ਵੀ ਹੱਥ ਆ ਨਾ ਯਾਰੀ ਲਾ ਕੇ ਤੇ ਫਿਰ ਦਰਵਾਜ਼ੇ ਵੀ ਜਿਹੜੇ ਖੁੱਲੇ ਰੱਖਣੇ ਪੈਂਦੇ ਆ ਹਾਂਜੀ ਫਿਰ ਇਤਨਾ ਤੁਹਾਨੂੰ ਪਤਾ ਹੈ ਕੀ ਹੋਣਾ ਕੀ ਕਰੀ ਆਉਣਾ ਆਪਾਂ ਮਾਰੇ ਦਿੱਤਾ ਸੱਚੇ ਪਾਤਸ਼ਾਹ ਨੇ ਇਹਦੀ ਦੇਖਭਾਲ ਤੇ ਕਰਨੀ ਪੈਣੀ ਆ ਪੈਣੀ ਆ ਫਿਰ ਕੋਈ ਮਾਨ ਸਨਮਾਨ ਵੀ ਕਦੀ ਹੋਇਆ ਕਦੀ ਕਿਸੇ ਸਰਕਾਰੀ ਦਰਬਾਰੇ ਜਾਂ ਜਗਦੋ ਜਦੋਂ ਕੋਈ ਵੇਖਣ ਆਉਂਦਾ ਆ ਕੇ ਇੱਥੇ ਜੀ ਆਪਾਂ ਧਨੋਲੇ ਗਏ ਆ ਉੱਥੇ ਆਪਣਾ ਆਪਣਾ ਲਾਲਜੀ ਭੁੱਲ ਜੀ ਆਪਣੇ ਦਾ ਸਮਾਜ ਵਧਿਆ ਕੀਤਾ ਸੀ ਤੇ ਫੋਟੋ ਫੋਟੋ ਉਹਨਾਂ ਨੇ ਖਚਾਈਆਂ ਆਪਣੇ ਮਾਲੀ ਦਾ ਤੇ ਵਾਕਈ ਇਸ ਤਰ੍ਹਾਂ ਦੇ ਸ਼ੌਂਕ ਜਿਹੜੇ ਰੱਖਣੇ ਚਾਹੁੰਦੇ ਕਿਉਂਕਿ ਅੱਜ ਕੱਲ ਲੋਕ ਮਜਬੂਰੀ ਦੇ ਵਸ ਪੈ ਗਏ ਆ ਕੋਈ ਮਿਹਨਤ ਕਰਕੇ ਖੁਸ਼ ਨਹੀਂ ਆ ਕਿਉਂਕਿ ਜੇ ਹਾਥੀ ਪਾਲਣਾ ਹੈ ਤੇ ਫਿਰ ਮਿਹਨਤ ਤੇ ਕਰਨੀ ਪਊਗੀ ਹਾਂਜੀ ਇਹ ਤਾਂ ਦੱਸਾਂ ਵੀ ਹੁਣ ਆਪਾਂ ਨੇ ਇਹ ਰੱਖਿਆ ਏ ਇਹਨੂੰ ਮਿਹਨਤ ਕਰਨੀ ਪੈਣੀ ਆ ਸਵੇਰੇ ਚਾਰ ਉੱਠਣਾ ਪੈਣਾ ਮਾਂ ਇਹਦਾ ਸਭ ਕੁਝ ਸਾਸਵਾਹੀ ਕਰਨੀ ਪੈਣੀ ਆ ਇਹਨੂੰ ਦੇਖਭਾਲ ਤੇ ਕਰਨੀ ਪੈਂਦੀ ਆ ਮੁੰਡਾ ਰੱਖਿਆ ਆਪਾਂ ਵਧੀਆ ਇਹ ਵਿਚਾਰਾ ਦੇਖਭਾਲ ਕਰਦਾ ਪਹਿਲਾਂ ਮੁੰਡਾ ਆਪਣਾ ਚੰਗਾ ਸੀ ਉਹ ਹਟ ਗਿਆ ਹੁਣ ਇਹ ਨਵਾਂ ਫਿਰ ਆਇਆ ਵਾ ਇਦੇ ਲਈ ਫਿਰ ਗੱਦੇ ਵੀ ਸਪੈਸ਼ਲ ਰੱਖਿਆ ਜਿਹੜੇ ਗੱਦਿਆਂ ਦੇ ਉੱਤੇ ਵਹਿੰਦਾ ਹੈ ਇਹ ਗੱਦੇ ਦੀ ਆਪਣਾ ਰੱਖਣੇ ਦਾ ਦੋ ਗੱਦੇ ਰੱਖਦੇ ਥੱਲੇ ਸੁੋਣੇ ਪੈਂਦੇ ਆ ਤੇ ਇਸ ਵੀਰੇ ਸਾਬ ਨੂੰ ਨੂੰਣਾ ਪੈਂਦਾ ਤੇ ਤੇਲ ਵੀ ਮਲਨਾ ਕਰ ਪੈਂਦਾ ਵਾ ਤੇ ਲਵਾਲ ਵੀ ਤੇ ਲੋਣੇ ਪੈਂਦੇ ਆ ਹਾਂ ਫਿਰ ਮੇਰੇ ਹਿਸਾਬ ਨਾਲ 2 ਕਿਲੋ ਤੇਲ ਦੇ ਇੱਕੋ ਵਾਰੀ ਲੱਗ ਜਾਂਦਾ ਨਾ ਏਡੇ ਵੱਡੇ ਪਹਿਲਵਾਨ ਨੂੰ ਤੇਲ ਲਾਉਣ ਲੱਗਿਆ ਜਿੱਤਰਾ ਹੀ ਆ ਫਿਰ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦਿੱਤਾ ਕੋਈ ਗੱਲ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕੁਝ ਦਿੱਤਾ ਉਹਦੀ ਕਿਰਪਾ ਹੈ ਮਾਲਕ ਦੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਮਹ ਤੁਸੀਂ ਫੇਰ ਇੱਕ ਵਾਰ ਵੇਖ ਸਕਦੇ ਜੇ ਕਿ ਕਿੰਨਾ ਵੱਡਾ ਹਾਥੀ ਪਾਲਿਆ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਹਨਾਂ ਨੇ ਦੱਸਿਆ ਕਿ 20 ਲੱਖ ਰੁਪਿਆ ਇਸ ਝੋਟੇ ਦਾ ਲੱਗ ਚੁੱਕਾ ਹੈ ਪਰ ਅਸੀਂ ਵੇਚਿਆ ਨਹੀਂ ਦਿਲੋਂ ਪਾਲਿਆ ਹੈ ਖੁਸ਼ੀ ਨਾਲ ਪਾਲਿਆ ਹੈ ਉਹਨਾਂ ਸਾਰਾ ਖਰਾਕ ਵੀ ਦੱਸੀ ਕਿਉਂਕਿ ਇਹਦਾ ਪਿਤਾ ਜਿਹੜਾ ਹੈ ਸੁਲਤਾਨ ਕਿੰਗ ਹਰਿਆਣੇ ਦਾ ਮਸ਼ਹੂਰ ਝੋਟਾ ਸੀ ਜਿਹਦਾ ਮੁੱਲ ਕਰੋੜਾਂ ਰੁਪਿਆ ਦੇ ਨਾਮ ਵੀ ਕਰੋੜਾਂ ਦੇ ਜਿੱਤ ਚੁੱਕਾ ਸੀ ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਹਾਂ ਜਸਪੀਤ ਸਿੰਘ ਸ਼ਿਨਾ ਤਰਨਤਾਰਨ